ਕੋਈ ਬੰਦਾ ਸੀ ਤੇ ਉਹ ਮਿੱਟੀ ਦੇ ਬਰਤਨ ਬਣਾਉਂਦਾ ਸੀ। ਇਹ ਮਤਲਬ ਬਾਂਡੀਆਂ, ਕਨਾਲੀਆਂ, ਚਾਟੀਆਂ, ਘੜੇ, ਕਾਰੀਗਰ ਸੀ ਨਾ। ਇੱਕ ਦਿਨ ਮਿੱਟੀ ਗੋ ਕੇ ਬੈਠਾ ਸੀ ਤੇ ਉਹਨੇ ਅਰਾਦਾ ਕੀਤਾ ਕਿ ਮੈਂ ਹੁੱਕੇ ਦੀਆਂ ਟੋਪੀਆਂ ਬਣਾਉਣੀਆਂ ਨੇ ਇਸ ਮਿੱਟੀ ਦੀਆਂ। ਉਹਦੀ ਬੀਬੀ ਨੇ ਉਹਨੂੰ ਪੁੱਛ ਲਿਆ ਵੀ ਕਰਮਾ ਲਿਆ ਅੱਜ ਮਿੱਟੀ ਗੋ ਕੇ ਬੈਠਾ ਹੈ ਤੇ ਕੀ ਪਲਾਨ ਹੈ ਕੀ ਬਣਾਉਣ ਲੱਗਾ। ਤੇ ਆਖ ਲੱਗਾ ਇਹ ਜਿਹੜੀ ਮਿੱਟੀ ਗੋਈ ਹੈ ਨਾ ਇਹdੀਆਂ ਮੈਂ ਹੁੱਕੇ ਦੀਆਂ ਟੋਪੀਆਂ ਬਣਾਉਣੀਆਂ। ਤੋ ਉਹਦੀ ਬੀਬੀ ਆਖਣ ਲੱਗੀ ਅੱਜ ਮੇਰੀ ਮੰਨ ਹਾਂ ਤੇ ਇਹ ਮੇਰਾ ਮਤਲਬ ਹੈ ਤੂੰ ਕੇ ਦੀਆਂ ਟੋਪੀਆਂ ਨਾ ਬਣਾ ਦੇ ਕੋਈ ਘੜਾ ਬਣਾ ਲੈ ਤੋ ਉਸ ਆਖਿਆ ਠੀਕ ਹੈ ਆ ਕਾਰੀਗਰ ਜੀ ਉਹਨੇ ਆਖਿਆ ਮੈਨੂੰ ਕਾਹਦਾ ਮੇਰਾ ਮਤਲਬ ਹੈ ਕੋਈ ਟੈਨਸ਼ਨ ਤੇ ਨਹੀਂ ਕੋਈ ਔਖਾ ਨਹੀਂ ਮੇਰੇ ਵਾਸਤੇ ਉਹ ਬੰਦਾ ਜਿਹੜੇ ਵੇਲੇ ਉਸੇ ਮਿੱਟੀ ਦਾ ਘੜਾ ਬਣਾਣ ਲੱਗਾ ਨਾ ਤੇ ਮਿੱਟੀ ਚ ਆਵਾਜ਼ ਆਈ ਆ ਸਮਝਦਾਰ ਬੰਦੇ ਗੱਲ ਸਮਝਿੰਦੇ ਨੇ ਮਿੱਟੀ ਚ ਆਵਾਜ਼ ਆਈ ਕਿ ਅੱਗੇ ਕੀ ਬਣਾਣ ਲੱਗਾ ਸਾਂ ਤੇ ਹੁਣ ਕੀ ਕਰਨ ਲੱਗਾ ਹੋ ਸਾਕਿਆ ਅੱਗੇ ਮੈਂ ਤੇਰਾ ਮਿੱਟੀ ਨੂੰ ਆਖਣ ਲੱਗਾ ਵੀ ਤੇਰਾ ਇਰਾਦਾ ਕੀਤਾ ਸੀ ਕਿ ਹੁਕੇ ਦੀਆਂ ਟੋਪੀਆਂ ਬਣਾਉਣੀਆਂ ਹੁਣ ਮੇਰੀ ਸੋਚ ਬਦਲ ਗਈ ਹੈ ਪਲਾਨ ਬਦਲ ਗਿਆ ਮੈਂ ਹੁਣ ਘੜਾ ਬਣਾਉਣ ਲੱਗਾ ਆਹ ਕੋ ਪਿਆਸੇ ਪਾਣੀ ਪੀਣਗੇ ਦੁਆ ਦੇਣਗੇ ਉਹ ਮਿੱਟੀ ਦੇ ਵਿੱਚੋਂ ਮੋੜ ਆਵਾਜ਼ ਆਈ ਹੋ ਸਾਕਿਆ ਤੇਰੀ ਸੋਚ ਬਦਲੀ ਹੈ ਤੇ ਮੇਰੀ ਤਕਦੀਰ ਬਦਲ ਗਈ ਆ ਤੇਰਾ ਇਰਾਦਾ ਬਦਲਿਆ ਤੇਰੀ ਸੋਚ ਬਦਲੀ ਏ ਤੇ ਮੇਰੇ ਰੰਗ ਹੋਰ ਦੇ ਹੋਰ ਹੋ ਗਏ ਨੇ ਮੇਰੀ ਤਕਦੀਰ ਬਦਲ ਗਈ ਸਮਝਦਾਰਾਂ ਵਾਸਤੇ ਇਸ਼ਾਰਾ ਕਾਫੀ ਹੁੰਦਾ ਹੈ ਕਰਮਾਲਿਓ ਜੇ ਤੁਸੀਂ ਇਹ ਸੋਚ ਰਹੇ ਹੋ ਨਾ ਕਿ ਅੱਜ ਤੱਕ ਸਾਡੇ ਹਾਲਾਤ ਨਹੀਂ ਬਦਲੇ ਤੇ ਫਿਰ ਇੱਕ ਵਾਰੀ ਆਪਣੀ ਸੋਚ ਬਦਲ ਕੇ ਵੇਖੋ ਅਕਸਰ ਬੰਦੇ ਅੱਗੇ ਪਤਾ ਕਿਉਂ ਨਹੀਂ ਨਿਕਲਦੇ ਉਹਨਾਂ ਦੇ ਇਰਾਦੇ ਅੱਛੇ ਨਹੀਂ ਹੁੰਦੇ ਨੀਅਤ ਠੀਕ ਨਹੀਂ ਹੁੰਦੇ ਸੌਦੇ ਸਾਰੇ ਨੀਤਾਂ ਦੇ ਨੇ ਸੋਚ ਬਦਲੋ ਤਕਦੀਰ ਬਦਲ ਜੇਦੀ ਅੱਜ ਵੀ ਜਿਹੜਾ ਰੱਬ ਪਹਿਲਾਂ ਸੀ ਅੱਜ ਵੀ ਰੱਬ ਹੋਈ ਗਿਨਾ ਤਾਂ ਕਿਆਮਤ ਤੇ ਔਰ ਹਮੇਸ਼ਾ ਵਾਸਤੇ ਉਹੀ ਬਾਕੀ ਰੱਬ ਹੈ ਉਹ ਨੀਅਤਾਂ ਮਿੰਦਾ ਇਨਾ ਮਲਾ ਮਾਲ ਬਿ ਨੀਅਤ ਨੀਅਤਾਂ ਠੀਕ ਕਰੋ ਤਕਦੀਰ ਬਦਲ ਜੇਦੀ ਸਾਡੇ ਅਕਸਰ ਲੋਗ ਨੈਗੇਟਿਵਿਟੀ ਤਲਾਸ਼ ਕਰਦੇ ਨੇ ਪੋਜ਼ਿਟਿਵ ਥਿੰਕ ਰੱਖਦੇ ਹੀ ਨਹੀਂ ਹਮੇਸ਼ਾ ਮੁਸਬਤ ਪਹਿਲੂ ਤਲਾਸ਼ ਕਰਨ ਦੀ ਬਜਾਏ ਉਹ ਮਨਫੀ ਪਹਿਲੂ ਤਲਾਸ਼ ਕਰਦੇ ਨੇ ਹਰ ਚੀਜ਼ ਦੇ ਵਿੱਚ ਉਹ ਨੁਕਸ ਕੱਢਣਾ ਹੁੰਦਾ ਹਰ ਚੀਜ਼ ਦੇ ਵਿੱਚ ਕੋਈ ਖਾਮੀ ਕੱਢਣੀ ਹੁੰਦੀ ਐਸੇ ਵਜ੍ਹਾ ਤੋਂ ਅੱਗਾ ਨਹੀਂ ਵਧ ਸਕਦੇ ਯਾਦ ਰੱਖਿਓ ਮਨਫੀ ਸੋਚ ਤੇ ਪੈਰ ਦੀ ਮੋਚ ਬੰਦੇ ਨੂੰ ਅੱਗਾ ਨਹੀਂ ਵਧਣ ਦੇਂਦੇ ਜੇ ਅੱਗੇ ਵਧਣਾ ਚਾਹੁੰਦੇ ਹੋ ਤੇ ਮੁਸਬਤ ਸੋਚ ਰੱਖੋ ਇਨਸ਼ਾਅੱਲਾ ਇਨਸ਼ਾਅੱਲਾ ਤੁਸੀਂ ਮੰਜ਼ਲ ਵੀ ਪਾ ਲੋਗੇ ਇੱਕ ਮੰਜ਼ਲ ਦਾ ਤਾਇਨ ਕਰੋ ਫਿਰ ਉਹਦੇ ਵਾਸਤੇ ਪੂਰੀ ਸਟਰਗਲ ਕੋਸ਼ਿਸ਼ ਜਦੋਂ ਜਦ ਕਰੋ ਇਨਸ਼ਾਅੱਲਾ ਤੁਸੀਂ ਕਾਮਯਾਬ ਹੋ ਜਾਓਗੇ ਤੇ ਜੇ ਮੰਨਫੀ ਸੋਚ ਰੱਖੋਗੇ ਜੇ ਹਮੇਸ਼ਾ ਤੁਸੀਂ ਨੈਗੇਟਿਵਿਟੀ ਤਲਾਸ਼ ਕਰਦੇ ਰਹੋਗੇ ਹੋ ਸਕਦਾ ਜਿਹਦੇ ਵਿੱਚੋਂ ਨੁਕਸ ਤੁਸੀਂ ਤਲਾਸ਼ ਕਰਦੇ ਹੋ ਪਈ ਉਹ ਕਿਤੇ ਨਾ ਕਿਤੇ ਪਹੁੰਚ ਜੇ ਲੇਕਿਨ ਤੁਸੀਂ ਉਸੇ ਕੰਮ ਹੀ ਲੱਗੇ ਰਹੋਗੇ ਤੁਸੀਂ ਅੱਗੇ ਨਹੀਂ ਵੱਧ ਸਕਦੇ ਤੁਸੀਂ ਸੋਚ ਬਦਲੋ ਤੁਹਾਡੀ ਤਕਦੀਰ ਬਦਲ ਜਾਏਗੀ ਜੇ ਗੱਲ ਚੰਗੀ ਲੱਗੇ ਤੇ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ ਅੱਲਾ ਸੋਹਣੇ ਦੇ ਵਾਲੇ ਅਸਲਾਮੁਅਲੈਕੁਮ ਵਰਹਮਤੁਲ